ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਬਣਾਵਾਂਗੇ ਇੱਕ ਬਹੁਤ ਹੀ ਸੌਖਾ ਡਿਜ਼ਾਇਨ। ਜਿਵੇਂ ਕਿ ਆਪਣੇ ਕੋਲ ਕਈ ਵਾਰੀ ਬਰੀਕ ਉੱਨ ਆ ਜਾਂਦੀ ਹੈ, ਜਦੋਂ ਆਪਾਂ ਬਰੀਕ ਉੱਨ ਦਾ ਬੁਣਨਾ ਚਾਹੁੰਦੇ ਹਾਂ ਤਾਂ ਉਹਦੇ 'ਤੇ ਡਿਜ਼ਾਇਨ ਕੋਈ ਸੌਖਾ ਨਹੀਂ ਲੋਟ ਆਉਂਦਾ। ਕਿਸੇ ਡਿਜ਼ਾਇਨ ਵਿੱਚ ਗਲੀਆਂ ਜੀਆਂ ਬਣ ਜਾਂਦੀਆਂ, ਕਿਸੇ 'ਚ ਕੁਛ। ਇਹ ਮੈਂ ਅੱਜ ਤੁਹਾਡੇ ਵਾਸਤੇ ਬਰੀਕ ਉੱਨ ਦਾ ਡਿਜ਼ਾਇਨ ਲੈ ਕੇ ਆਈ ਹਾਂ। ਇਹਨੂੰ ਆਪਾਂ ਆਪਣੀ ਕੋਟੀ, ਜਾਕਟ, ਸਵੈਟਰ ਕਿਸੇ ਵੀ ਚੀਜ਼ ਵਿੱਚ ਆਪਾਂ ਇਹਨੂੰ ਪਾ ਸਕਦੇ ਹਾਂ। ਦੇਖਣ ਨੂੰ ਇਹ ਬਹੁਤ ਸੁੰਦਰ ਲੱਗਦਾ ਹੈ ਅਤੇ ਬਣਨ 'ਚ ਇਹ ਬਹੁਤ ਸੌਖਾ ਹੈ। ਉੱਨ ਹੈ ਜਿਹੜੀ, ਇਹ ਦੇਖੋ, ਇਹ ਬਹੁਤ ਬਰੀਕ ਉੱਨ ਹੈ। ਇਹਦੇ ਵਾਸਤੇ ਮੈਂ ਸਿਲਾਈ ਵੀ ਬਹੁਤ ਬਰੀਕ ਹੀ ਲਈ ਹੈ। ਬਾਰਾਂ ਨੰਬਰ ਦੀ ਸਿਲਾਈ ਹੈ ਜੀ ਇਹ। ਡਿਜ਼ਾਇਨ ਨੂੰ ਬਣਾਉਣ ਵਾਸਤੇ ਆਪਾਂ ਨੇ 7-7 ਦੇ ਹਿਸਾਬ ਨਾਲ ਕੁੰਡੇ ਲੈਣੇ ਆ। ਚਲੋ ਜੀ, ਹੁਣ ਆਪਾਂ ਕਰਦੇ ਹਾਂ ਡਿਜ਼ਾਇਨ ਸ਼ੁਰੂ। ਸ਼ੁਰੂ ਵਿੱਚ ਆਪਾਂ ਨੇ 3 ਕੁੰਡੇ ਪਾ ਲੈਣੇ ਉਲਟੇ। ਉਸ ਤੋਂ ਅੱਗੇ 1 ਕੁੰਡਾ ਸਿੱਧਾ। ਫਿਰ ਆਪਾਂ ਨੇ 2 ਕੁੰਡੇ ਇਸ ਤਰ੍ਹਾਂ ਹੀ ਉਤਾਰ ਲੈਣੇ ਬਿਨਾਂ ਬੁਣੇ ਤੋਂ। ਧਾਗਾ ਪਿੱਛੇ ਹੀ ਰੱਖਣਾ। ਫਿਰ ਆਪਾਂ ਨੇ 1 ਕੁੰਡਾ ਸਿੱਧਾ। 4 ਕੁੰਡਿਆਂ 'ਚ ਇਹ ਡਿਜ਼ਾਇਨ ਬਣਨਾ। 3 ਕੁੰਡੇ ਬਣਨੇ ਆ ਜੀ ਇਹਦੇ ਉਲਟੇ। ਫਿਰ ਆਪਾਂ ਪਾਵਾਂਗੇ 3 ਕੁੰਡੇ ਉਲਟੇ, ਧਾਗਾ ਪਿੱਛੇ, ਫਿਰ 1 ਕੁੰਡਾ ਸਿੱਧਾ ਬੁਣਿਆ, 2 ਕੁੰਡੇ ਇਸ ਤਰ੍ਹਾਂ ਹੀ ਬਸ ਬਿਨਾਂ ਬੁਣੇ 'ਤੇ ਉਤਾਰ ਲਏ। ਉਸ ਤੋਂ ਬਾਅਦ ਫਿਰ 1 ਕੁੰਡਾ ਸਿੱਧਾ, ਧਾਗਾ ਅੱਗੇ ਕਰਕੇ 3 ਕੁੰਡੇ ਉਲਟੇ, ਫਿਰ 1 ਕੁੰਡਾ ਸਿੱਧਾ, ਫਿਰ ਆਪਾਂ 2 ਕੁੰਡੇ ਬਿਨਾਂ ਬੁਣੇ ਉਤਾਰ ਲੈਣੇ, ਫਿਰ 1 ਕੁੰਡਾ ਸਿੱਧਾ। ਆਹ ਧਾਗਾ ਜਿਹੜਾ ਆਪਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਖਿੱਚਣਾ ਨਹੀਂ, ਇਹਨੂੰ ਇਸ ਤਰ੍ਹਾਂ ਢਿੱਲਾ ਹੀ ਛੱਡ ਕੇ ਬੁਣਨਾ। ਫਿਰ ਆਪਾਂ 3 ਕੁੰਡੇ ਉਲਟੇ, ਉਸ ਤੋਂ ਅੱਗੇ ਫਿਰ 1 ਕੁੰਡਾ ਸਿੱਧਾ, 2 ਕੁੰਡੇ ਆਪਾਂ ਨੇ ਉਤਾਰੇ ਬਿਨਾਂ ਬੁਣੇ, 1 ਕੁੰਡਾ ਫਿਰ ਸਿੱਧਾ, ਧਾਗਾ ਅੱਗੇ ਕਰਕੇ 3 ਕੁੰਡੇ ਬਣਾਏ ਜੀ ਆਪਾਂ ਨੇ ਉਲਟੇ। ਆਹ ਆਪਣੀ ਸਿੱਧੀ ਸਿਲਾਈ ਹੋ ਗਈ ਜੀ ਕੰਪਲੀਟ। ਹੁਣ ਆਪਾਂ ਆ ਗਏ ਜੀ ਉਲਟੀ ਸਿਲਾਈ 'ਤੇ। ਉਲਟੀ ਸਿਲਾਈ 'ਤੇ ਜਿਵੇਂ ਆ ਤੁਹਾਨੂੰ ਦਿਸਦੇ ਆ, ਜਿਹੜੇ ਸਿੱਧਿਆਂ 'ਤੇ ਸਿੱਧੇ, ਉਲਟਿਆਂ 'ਤੇ ਉਲਟੇ ਬਣਨੇ ਆ। ਜਿਹੜੇ ਸਿੱਧੀ ਸਿਲਾਈ 'ਚ ਸਿੱਧੇ ਹੁੰਦੇ ਆ, ਉਹ ਪੁੱਠੀ ਸਿਲਾਈ ਨੂੰ ਉਲਟੇ ਦਿਖਦੇ ਆ। ਜਿਵੇਂ ਆਹ ਦੇਖੋ, ਇੱਧਰ ਉਲਟੇ ਕੁੰਡੇ ਆ 3, ਇੱਧਰ ਬਣ ਗਏ ਸਿੱਧੇ। ਇਹਨਾਂ ਨੂੰ ਆਪਾਂ 3 ਨੂੰ ਬਣਾ ਦੂੰਗੇ ਸਿੱਧੇ। ਉਸ ਤੋਂ ਅੱਗੇ 1 ਕੁੰਡਾ ਬੁਣਿਆ ਆਪਾਂ ਨੇ ਉਲਟਾ, ਜਿਹੜੇ ਆਪਾਂ ਬਿਨਾਂ ਬੁਣੇ ਉਤਾਰੇ, ਅਤੇ ਹੁਣ ਵੀ ਆਪਾਂ ਨੇ ਬਿਨਾਂ ਬੁਣੇ ਹੀ ਉਤਾਰਨੇ ਆ। ਧਾਗਾ ਕਿਧਰੇ ਨਹੀਂ ਘੁਮਾਉਣਾ। 1 ਕੁੰਡਾ ਉਲਟਾ ਬੁਣ ਕੇ ਇਹ 2 ਕੁੰਡੇ ਜਿਹੜੇ ਆਪਾਂ ਨੇ ਪਹਿਲਾਂ ਉਤਾਰੇ ਅਤੇ ਸਿੱਧੀ ਸਿਲਾਈ ਨੂੰ ਉਹੀ ਹੁਣ ਵੀ ਉਤਾਰ ਲੈਣੇ। ਉਸ ਤੋਂ ਅਗਲਾ ਆਪਾਂ ਨੇ ਬੁਣ ਦੇਣਾ ਉਲਟਾ ਧਾਗਾ। ਉਸ ਤਰ੍ਹਾਂ ਹੀ ਐਂ ਢਿੱਲਾ ਜਿਹਾ ਹੀ ਰੱਖਣਾ ਇਹ ਜਿਹੜਾ ਆਹ ਧਾਗਾ, ਇਹਨੂੰ ਕੱਸਣਾ ਨਹੀਂ ਬਹੁਤਾ। ਇਸ ਤਰ੍ਹਾਂ ਢਿੱਲਾ ਜਿਹਾ ਹੀ ਛੱਡ ਕੇ ਧਾਗਾ ਪਿੱਛੇ ਕਰਕੇ 3 ਕੁੰਡੇ ਆਪਾਂ ਬੁਣੇ ਸਿੱਧੇ। ਸਿੱਧੀ ਸਿਲਾਈ ਨੂੰ ਆਪਾਂ ਨੇ ਇਹ ਬੁਣੇ ਅਤੇ ਉਲਟੇ, ਹੁਣ ਆਪਾਂ ਨੇ ਬੁਣੇ ਆ ਸਿੱਧੇ। ਉਹਦੇ ਅੱਗੇ 1 ਕੁੰਡਾ ਉਲਟਾ, 2 ਆਪਾਂ ਬਿਨਾਂ ਬੁਣੇ ਉਤਾਰੇ, ਉਸ ਤੋਂ ਅੱਗੇ 1 ਫੇਰ ਬੁਣਿਆ, ਧਾਗਾ ਇਸ ਤਰ੍ਹਾਂ ਢਿੱਲਾ। ਉਸ ਤੋਂ ਅੱਗੇ ਫੇਰ ਆਪਾਂ 3 ਕੁੰਡੇ ਬੁਣੇ ਜੀ ਸਿੱਧੇ, ਫੇਰ 1 ਕੁੰਡਾ ਉਲਟਾ, 2 ਆਪਾਂ ਉਸ ਤਰ੍ਹਾਂ ਹੀ ਉਤਾਰ ਲਏ ਬਿਨਾਂ ਬੁਣੇ, 1 ਆਪਾਂ ਉਲਟਾ ਬੁਣ ਲਿਆ, ਧਾਗਾ ਪਿੱਛੇ ਘੁਮਾਇਆ। ਫਿਰ ਆਪਾਂ 3 ਕੁੰਡੇ ਬੁਣ ਲਏ ਜੀ ਸਿੱਧੇ, ਫਿਰ 1 ਕੁੰਡਾ ਉਲਟਾ,
दो इस तरह बिना बुने ते उतारे, उतो अगला कुंडा फिर उल्टा धागा इस तरह ढिला छड के, अखीर विच आ गए जी अपने को तीन कुंडे सीधे। हुण आपां आ गए जी सीधी सिलाई ते ते डिजाइन वाली सिलाई ते। हुण आपां ने की करना जी, तीन कुंडे बुन लेने पहला उल्टे, उस तो अगे बनाउणा जी आपां ने डिजाइन। जिहड़े आपां इह दो कुंडे विच बिना बुने उतारे ते उहनां चों इक कुंडा जिहड़ा मूरला उह ले लेणा आपां ने, इस तरह बुन लेणा इस तरह ढिला जिहा छड के, ते उस तो अगले नूं आपां ने फिर सीधा ही बुन लेणा इस तरह उतार देना। उस तो अगले कुंडे दो जिहड़े रह गए, इक बिना बुनिया ते इक बुनिया होया, उहनूं आपां जिहड़ा बिना बुनिया उहनूं पिछे ते जिहड़ा बिना बुनिया उहनूं छड के जिहड़ा दूजा है उह तो अगला इस तरह पिछे तो बुन लेना, इहनूं अगले नूं छड के इहनूं पिछे तो बुन लेना इस तरह बुन के जिहड़ा दूजा कुंडा उहनूं अगले पासे तों इस तरह बुन लेना। इस तरह बन जाणा जी, इहने देखो डब्बी जी बणदी है, बहुत वधिया लगदा इह बण के। उस तो अगे आपां ने फिर तीन कुंडे पाउणे आ जी उल्टे, फिर आपां ने उस तरह ही एक कुंडा छड के उस तो अगले नूं इस तरह बुन के थोड़ा ढिला छड के, उस तो बाद आ इस तरह बुन के, फिर आपां ने आ अगला कुंडा छड देना ते दूजे नूं पिछे तो बुन लेना इस तरह, पिछे तो बुन के फिर वह दूजे नूं इस तरह अगे तो बुन लेना। फिर आपां तीन कुंडे पाउणे जी उल्टे, फिर उस तरह ही अगला कुंडा छड के ए कुंडे नूं इस तरह बुनना है मूहरे तो, थोड़ा जिहा ढिला छड के, बहुता ज़्यादा नहीं इस तरह नहीं कढ़ना, थोड़ा जिहा ढिला छड के इस तरह, फिर आ कुंडा अगला छड के पिछले नूं पिछे तो इस तरह बुन के, उस तो अगले नूं इस तरह, उस तो अगे फिर अपने तीन कुंडे आ गए जी उल्टे, फिर एक कुंडा छड के एक कुंडा छड के इस तरह ए कुंडे नूं ऐ बुनना आपां ने मूहरे तो, उस तो बाद आपां ने आ अगला कुंडा, फिर अगला छड के पिछले नूं पिछे तो ही बुनना, फिर अगले नूं बुनना इस तरह। उस तो बाद फिर जिहड़े अपने अखीर विच रह गए जी तीन कुंडे उल्टे, इन्हां नूं आपां ने बुन देना उल्टे उल्टे। हुण आपां आ गए जी उल्टी सिलाई ते, उल्टी सिलाई फिर उसे तरह जिहड़े उल्टे कुंडे बनाए ते जी आपां ने उह बना लेने सीधे, जिहड़े सीधे ते उह बन जाणगे उल्टे। हुण आ जिहड़े डिजाइन वाले चार कुंडे जी, इह वी उल्टे ही बुण होणगे, इन्हां 'च बिना बुने तो आपां ने कोई भी नहीं उतारना। हुण आपणे आ जाणगे इह तीन कुंडे सीधे ते चार कुंडे उल्टे। अखीर विच आ गए जी अपने को तीन कुंडे सीधे।
हूँ आप आ गए जी सीधी सिलाई पर। सीधी सिलाई फिर उस तरह तीन कुंडे उल्टे, आ एक कुंडा आप सीधा बुनिया तो दो तारे आप बिना बुने, तीन कुंडे फिर उल्टे, एक कुंडा सीधा बुनिया, दो इस तरह बिना बुने तो तार के तीन कुंडे उल्टे, एक कुंडा आप सीधा बुनिया, दो आप बिना बुने इस तरह तारे, तो उस तो बाद फिर आप सीधा बुनिया, फिर अपने तीन कुंडे उल्टे, इस तरह ही अपने इनू बार बार रिपीट करते जाना है। इस तरह अपना डिजाइन बन के हो जाऊगा जी तैयार। उल्टी सिलाई च भी अपने उस तरह ही एक कुंडा उल्टा बुन के दो कुंडे बिना बुने तारे, फिर उल्टा कुंडा बुनिया, जेड़े उल्टे कुंडे उन्होंने अपने सीधे बन जाने उल्टी सिलाई नू। इस तरह सीधी सिलाई अपनी इस तरह अपने इनू बार बार रिपीट करते जाना है। इस तरह ही अपना यह डिजाइन बनता जाऊगा। जे तुसी मेरे चैनल ते नवे जी तां सबसक्राइब जरूर कर लियो, शेयर ते कमेंट भी करियो ते घंटी दा बटन भी दबायो। चलो जी फिर आपां मिलदे हां हुण इक होर नवीं वीडियो च, जद तक थोड़ा बहुत बहुत धन्नवाद जी।